ਆ ਇੱਥੇ ਆ ਜਾ ਬਾਹਰ ਦੁਬਾਰਾ ਆਉਣੇ ਆ ਦੁਬਾਰਾ ਦੁਬਾਰਾ ਕਰਦੇ ਆ ਤੇਰੇ ਨਾਲ ਸੱਭਿਆਚਾਰ ਦੀਆਂ ਗੱਲਾਂ ਭੈਣ ਦੇ ਆ ਦਿਨਿਆ ਮੋਟਿਆ ਜਿਹਾ ਮੈਨੂੰ ਨੰਬਰ ਦੇਣ ਡਿਆ ਐਲੀ ਮੰਗ ਟਿਆ ਤੂੰ ਮੈਨੂੰ ਨੰਬਰ ਦੇਣ ਡਿਆ ਤੂੰ ਮੈਂ ਖਰੜ ਖੰਡਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੀਤੀ ਰਾਤ ਆਖਰੀ ਰੈਲੀ ਮੰਗ 88 ਸੈਕਟਰ ਮੋਹਾਲੀ ਪਹੁੰਚ ਹੀ ਗਿਆ ਸੀ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਵੱਲੋਂ ਐਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਸਭ ਤੋਂ ਬਾਅਦ ਐਲੀ ਦੇ ਸਾਰੇ ਸਪੋਟਰ ਵੀ ਥਾਣੇ ਪਹੁੰਚ ਗਏ ਤੇ ਉਹਨਾਂ ਨੂੰ ਭਜਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਐਲੀ ਮੰਗੜ ਦਾ ਸਾਥ ਦਿੰਦਿਆਂ ਵੱਡਾ ਗਰੇਵਾਲ ਵੀ ਥਾਣੇ ਅੱਗੇ ਪਹੁੰਚ ਗਏ ਤੇ ਇਸ ਸਭ ਤੋਂ ਬਾਅਦ ਉਹਨਾਂ ਨੇ ਰੰਮੀ ਰਧਾਵਾ ਨੂੰ ਕਾਫੀ ਗਾਲਾਂ ਵੀ ਕੱਢੀਆਂ ਆਓ ਦੇਖਦੇ ਹਾਂ ਉਹ ਸਾਰੀ ਵੀਡੀਓ ਪੁਲਿਸ ਕਿਉਂ ਖੜੀ ਜੇ ਉਹਨੂੰ ਪੁਲਿਸ ਨੇ ਚੱਕਿਆ ਉਹ ਤਾਂ ਤੇਰੇ ਫਲੈਟ 'ਚ ਆਉਂਦਾ ਸੀ ਉਹਨੂੰ ਪੁਲਿਸ ਨੇ ਚੱਕਿਆ ਕਿਉਂ ਚੱਕਿਆ ਕਿਉਂਕਿ ਤੂੰ ਪੁਲਿਸ ਮੈਨੂੰ ਨੰਬਰ ਦੇਣ ਡਿਆ ਐਲੀ ਮੰਗ ਟਿਆ ਤੂੰ ਮੈਨੂੰ ਨੰਬਰ ਦੇਣ ਡਿਆ ਤੂੰ ਮੈਂ ਖਰੜ ਖੰਡਿਆ ਤੂੰ ਕੀ ਕਾਂਡਿਆ ਤੂੰ ਕੀ ਕਾਂਡਿਆ ਤੂੰ ਨੇਰੇ 'ਚ ਕੀ ਕਾਂਡਿਆ ਫਿਰਦਾ ਕੀ ਕਾਂਡਾ ਫਿਰਦਾ ਤੂੰ ਆਪਣਾ ਨੰਬਰ ਕਿਉਂ ਨਹੀਂ ਸੈਂਡ ਕੰਡਿਆ ਜੀ ਕੋਈ ਕੰਡਿਆ ਕੰਡਿਆ ਹੁਣ ਕੀ ਕਰ ਲੇਗਾ ਬੇਤੀ ਬੇਤੀ ਜੋ ਮਰਜ਼ੀ ਬੋਲੀ ਚੱਲ ਲੈ ਟੱਟੀ ਬੰਦਾ ਤੂੰ ਆ ਕੀ ਹੋ ਗਿਆ ਤੇਰੇ ਨਾਲ ਕਿਉਂ ਬੋਲਣੇ ਆ ਕਿਉਂ ਲੋਕਾਂ ਸਾਹਮਣੇ ਸੱਚਾ ਹੁੰਦਾ ਦੱਸ ਮੇਰਾ ਵੀਰ ਕਿੱਥੇ ਆਈਏ ਤੈਨੂੰ ਬੜੇ ਜਲਦੀ ਡੀਕ ਕਰ ਲੈ ਸਾਰਾ ਪੰਜਾਬ ਤੇਰੀ ਡੀਕ ਤੂੰ ਸੜੇ ਬੰਦੇ ਨੇ ਪੁਲਿਸ ਕਿਉਂ ਬੁਲਾਈ ਕਿੱਥੇ ਆਈਏ ਕਿਉਂ ਨਹੀਂ ਸੈਂਡ ਕਰਦਾ ਆਪਣਾ ਨੰਬਰ ਹੀ ਸੈਂਡ ਕਰਦੇ ਲੈ ਗੱਡੀ ਜੇ ਉਹ ਐਲੀ ਮੰਗਦੇ ਆ ਲੈ ਤੂੰ ਲੋਕਾਂ ਨੂੰ ਕੀ ਗਮਰਾ ਓ ਯਾਰ ਹੁਣ ਤਾਂ ਤੂੰ ਕੁਝ ਮਰਜ਼ੀ ਕੀ ਚੱਲ ਕਿਹਾ ਕਿ ਮੈਂ ਬੋਲਿਆ ਨੀ ਜਾ ਰਿਹਾ ਦੁਬਾਰਾ ਇਹ ਸ਼ਬਦ ਸੱਭਿਆਚਾਰ ਦੇ ਰਖਵਾਲੇ ਹਾਥੀ ਗੰਦੇ ਕੁੱਤੇ ਗਲੀ ਦੇ ਗੰਦੇ ਕੁੱਤੇ ਕੋਈ ਚੱਕਰੀ ਨੀ ਦੋ ਵਜੇ ਪਹੁੰਚ ਗਿਆ ਬੰਦਾ ਖੁਸ਼ ਹੋ ਚੱਕ ਲਿਆ ਪੁਲਿਸ ਨੇ ਵੀ ਖੁਸ਼ ਹੋ ਠੀਕ ਆ ਚਲੋ ਬਈ ਓਕੇ ਆ ਹੁਣ 11 ਤਰੀਕ ਨੂੰ ਪ੍ਰੋਮਿਸ ਕੀਤਾ ਸੀ ਬੰਦੇ ਨੇ ਪਹੁੰਚ ਗਿਆ ਬਹੁਤ ਵੱਡੀ ਗੱਲ ਆ ਨਾਲੇ ਉਹਨੂੰ ਪਤਾ ਵੀ ਇਸ ਮਾਮਲੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਕਿਸ ਦੇ ਹੱਕ ਵਿੱਚ ਹੋ ਕੀ ਤੁਹਾਨੂੰ ਕੀ ਲੱਗਦਾ ਹੈ ਅੱਜ ਐਲੀ ਮੰਗ ਥਾਣੇ ਵਿੱਚੋਂ ਬਾਹਰ ਆਵੇਗਾ ਜਾਂ ਨਹੀਂ ਇਸ ਦੇ ਨਾਲ ਹੀ ਇਜਾਜ਼ਤ ਦਿਓ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ